ਮੁੱਖ ਮੰਤਰੀ ਕਹਿੰਦਾ ਏਕ ਥੀ ਕਾਂਗਰਸ, ਇਹਨੂੰ ਮੈਂ ਕਹਿਣਾ ਚਾਹੁੰਦਾ ਥੋਥਾ ਚਨਾ ਵਾਜੇ ਖਣਾ। ਪੰਜਾਬ ਅਤੇ ਦਿੱਲੀ 'ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ, ਏਕ ਥੀ ਕਾਂਗਰਸ। ਉਹ ਮਿੱਤਰ ਪਿਆਰੇ, ਇੰਨਾ ਹੋਮਾ ਹੰਕਾਰ ਨਾ ਕਰ, ਹੋਮੇ ਹੰਕਾਰ ਵਾਲੇ ਇਸ ਧਰਤੀ 'ਤੇ ਰਹੇ ਨਹੀਂ। ਪੰਜਾਬ ਅਤੇ ਦਿੱਲੀ 'ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ, ਏਕ ਥੀ ਕਾਂਗਰਸ। ਤੈਂ ਵੀ ਨਹੀਂ ਰਹਿਣਾ, 300 ਵਾਰ ਸਵਾਲ ਕਰ ਲਏ ਇਹਨੂੰ ਭਗਵੰਤ ਨੂੰ, ਔਰ ਇਹ ਕਿਹਾ ਵੀ ਅਲੀ ਬਾਬਾ 40 ਚੋਰ ਦਾ ਉਹੀ ਸਿਸਟਮ ਜਿਹਨੂੰ ਤੂੰ ਬਦਲਣ ਆਇਆ ਸੀ, ਉਹਦੇ ਅੱਗੇ ਲੱਗ ਕੇ ਉਹਦੀ ਸਰਪ੍ਰਸਤੀ ਕਰ ਰਹੇ ਹਾਂ। ਜਵਾਬ ਦਿੰਦਾ ਹੈ, ਪੰਜਾਬ ਅਤੇ ਦਿੱਲੀ 'ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ, ਏਕ ਥੀ ਕਾਂਗਰਸ। ਕਾਂਗਰਸ ਦਾ ਵਰਕਰ, ਕਾਂਗਰਸ ਦੇ ਲਈ ਮਾੜੇ ਵਕਤਾਂ 'ਚ ਜੂਝਣ ਵਾਲੇ ਜਿਹੜੇ ਕਾਂਗਰਸ ਦੇ ਵਰਕਰ ਨੇ, ਉਹ ਮਣੀਆਂ ਨੇ, ਮਣੀਆਂ। ਮਣੀਆਂ ਮਿੱਟੀ 'ਚ ਸਿੱਟਦੇ ਹੋ ਨਾ ਤਾਂ ਉਹ ਚਮਕਦੀਆਂ ਨਹੀਂ, ਫਿਰ ਉਹਨਾਂ 'ਤੇ ਮਿੱਟੀ ਆ ਜਾਂਦੀ ਹੈ, ਉਹਨਾਂ ਦੀ ਚਮਕ ਘੱਟ ਜਾਂਦੀ ਹੈ। ਅਤੇ ਕੱਚ ਨੂੰ ਸੋਨੇ 'ਚ ਵੀ ਜੜੋ ਅਤੇ ਉਹਨਾਂ 'ਚ ਚਮਕ ਨਹੀਂ ਰਹਿੰਦਾ, ਇਸ ਕਰਕੇ ਇਹ ਮਣੀਆਂ ਮਿੱਟੀ 'ਚੋਂ ਚੁੱਕ ਕੇ ਸੋਨੇ 'ਚ ਜੜਨੀਆਂ ਨੇ। ਇਹਨਾਂ ਨੂੰ ਆਦਰ ਮਾਨ ਸਨਮਾਨ ਦੇਣਾ। ਮੁੱਖ ਮੰਤਰੀ ਕਹਿੰਦਾ ਏਕ ਥੀ ਕਾਂਗਰਸ, ਇਹਨੂੰ ਮੈਂ ਕਹਿਣਾ ਚਾਹੁੰਦਾ ਥੋਥਾ ਚਨਾ ਵਾਜੇ ਖਣਾ। ਉਹ ਮਿੱਤਰ ਪਿਆਰੇ, ਇੰਨਾ ਹੋਮਾ ਹੰਕਾਰ ਨਾ ਕਰ, ਹੋਮੇ ਹੰਕਾਰ ਵਾਲੇ ਇਸ ਧਰਤੀ 'ਤੇ ਰਹੇ ਨਹੀਂ, ਅਤੇ ਤੈਂ ਵੀ ਨਹੀਂ ਰਹਿਣਾ। 300 ਵਾਰ ਸਵਾਲ ਕਰ ਲਏ ਇਹਨੂੰ ਭਗਵੰਤ ਨੂੰ, ਔਰ ਇਹ ਕਿਹਾ ਵੀ ਅਲੀ ਬਾਬਾ 40 ਚੋਰ ਦਾ ਉਹੀ ਸਿਸਟਮ ਜਿਹਨੂੰ ਤੂੰ ਬਦਲਣ ਆਇਆ ਸੀ, ਉਹਦੇ ਅੱਗੇ ਲੱਗ ਕੇ ਉਹਦੀ ਸਰਪ੍ਰਸਤੀ ਕਰ ਰਹੇ ਹਾਂ। ਜਵਾਬ ਦਿੰਦਾ ਹੈ, ਜਿਹੜਾ 60-70 ਹਜ਼ਾਰ ਕਰੋੜ ਰੁਪਈਆ ਇਹ ਪੰਜਾਬ ਦਾ ਖਾਂਦੇ ਆਏ ਆ, ਉਸ ਚੋਰੀ ਨੂੰ ਰੋਕ ਕੇ ਪੰਜਾਬ ਦੇ ਵਰਕਰ ਦੇ ਨਾਲ ਇੱਕ ਮੂਵਮੈਂਟ ਪੈਦਾ ਕਰੂੰ। ਮੂਵਮੈਂਟ ਉਹ ਨਹੀਂ ਹੁੰਦੀ ਜਿਹੜੀ 10-15 ਬੰਦਿਆਂ 'ਚ ਹੁੰਦੀ ਹੈ, ਮੂਵਮੈਂਟ ਉਹ ਹੁੰਦੀ ਹੈ ਜਿਹੜੀ ਸਾਰੇ ਪੰਜਾਬ ਦੇ ਵਿੱਚ ਆਵੇ, ਔਰ ਉਹ ਪੰਜਾਬ ਦੇ ਵਿੱਚ ਆਵੇ ਜਿਹੜਾ ਜ਼ਿੰਦਗੀ ਦੇ ਵਿੱਚ ਸਭ ਤੋਂ ਮੋਢੀ ਕਹਾਉਂਦਾ ਹੈ ਜ਼ੁਲਮ ਨਾਲ ਲੜਨ ਦੇ ਲਈ। ਪੰਜਾਬ, ਉਹ ਪੰਜਾਬ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ 20% ਰਹਿ ਗਿਆ, ਜਿਹੜੀ ਦੇਸ਼ ਦੀ ਢਾਲ ਸੀ ਜਿਹ ਤੋਂ ਗੋਰੇ ਕੰਬਦੇ ਸੀ, ਜਿਹੜੀ ਅਹਿਮਦ ਸ਼ਾਹ ਅਬਦਾਲੀ, ਮੱਸੇ ਰੰਗੜ, ਬਾਕੀ ਸਾਰਿਆਂ ਦੀ ਤਬਾਹੀ ਦਾ ਕਾਰਨ ਬਣੀ, ਸਮਝਦੇ ਹੋ? ਉਹ ਕਿਉਂ ਬਣੀ? ਕਿਉਂਕਿ ਉਹ ਗੁਰੂ ਦੇ ਫਲਸਫੇ ਨਾਲ ਜੁੜੀ ਹੋਈ ਸੀ। ਮੇਰਾ ਕੰਮ ਇੰਨਾ ਹੀ ਹੈ ਕਿ ਗੁਰੂ ਦੇ ਫਲਸਫੇ ਨਾਲ ਕਾਂਗਰਸ ਦਾ ਵਰਕਰ ਜੋੜਨਾ, ਕਿਸੇ ਦੇ ਬਾਰੇ ਮਾੜਾ ਨਾ ਕਹਿਣਾ, ਔਰ ਆਪਣੀ ਗੱਲ ਰੱਖਣੀ, ਔਰ ਵਿਰੋਧੀ ਪਾਰਟੀਆਂ ਪੂਰੀ ਤਰ੍ਹਾਂ ਧਵਸਤ ਕਰਨੀਆਂ। ਕਹਿੰਦਾ ਮੈਂ ਨਵੀਂ ਗਿਫਟ ਦਿੱਤੀ ਹੈ ਪੰਜਾਬੀਆਂ ਨੂੰ, ਆਹ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਥਰਮਲ ਪਲਾਂਟ ਖਰੀਦ ਲਿਆ। ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਹੈ, ਇਹਨੂੰ ਇਹ ਪੁੱਛਣਾ ਚਾਹੀਦਾ ਹੈ ਵੀ ਕੀ ਇਸ ਥਰਮਲ ਪਲਾਂਟ ਦੇ ਉੱਤੇ 6-7 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਨਹੀਂ ਚੜਿਆ ਹੋਇਆ? ਉਹ ਕਰਜ਼ਾ ਕੌਣ ਮੋੜੂ? ਤੁਸੀਂ ਤਾਂ ਮੋੜਨਾ ਨਹੀਂ ਉਹ ਕਰਜ਼ਾ। ਇਹ ਚਿੱਟਾ ਹਾਥੀ ਖਰੀਦ ਕੇ ਲਿਆਇਆ ਤੂੰ, ਇਹ ਚਿੱਟਾ ਹਾਥੀ ਖਰੀਦ ਕੇ ਪੰਜਾਬੀਆਂ ਦੇ ਸਿਰ ਮੜਤਾ, ਅਤੇ ਹੁਣ ਦੱਸ ਵੀ ਇਹ 7 ਹਜ਼ਾਰ ਕਰੋੜ ਮੋੜੂ ਕੌਣ? ਤੁਸੀਂ ਤਾਂ ਕਹਿੰਦੇ ਸੀ ਇਹ PPA ਜਿਹੜੇ ਬਿਜਲੀ ਸਸਤੀ ਦੇਣੀ ਹੈ, ਇਹ ਆਉਂਦੇ ਹੀ ਪਹਿਲੇ ਦਿਨ ਰੱਦ ਕਰ ਦਿਆਂਗੇ। ਤੂੰ ਤਾਂ ਚੀਮਾ ਸਾਹਿਬ ਚੀਕਾਂ ਮਾਰਦੇ ਹੁੰਦੇ ਕੋਠਿਆਂ 'ਤੇ ਖੜ੍ਹ ਕੇ, ਤੁਸੀਂ ਤਾਂ ਕਹਿੰਦੇ ਹੁੰਦੇ ਸਸਤੀ ਬਿਜਲੀ 24 ਘੰਟੇ ਦੇਵਾਂਗੇ, ਕੀ ਹੋਇਆ ਉਹਦਾ? ਅੱਜ ਪੰਜਾਬ 19 ਰੁਪਏ ਨੂੰ ਬਿਜਲੀ ਖਰੀਦ ਰਿਹਾ। ਜਵਾਬ ਦੇ, ਖਰੀਦ ਰਿਹਾ ਕਿ ਨਹੀਂ ਖਰੀਦ ਰਿਹਾ? ਫਿਰ ਇਹ 80% ਦੇ ਉੱਤੇ ਦੂਸਰੇ ਸੂਬਿਆਂ ਨੇ ਸਮਝੌਤੇ ਕੀਤੇ ਹੋਏ ਨੇ, ਅਸੀਂ 100 'ਤੇ ਵੀ ਬਿਜਲੀ ਲਈਏ ਨਾ ਲਈਏ, ਅਸੀਂ 100% ਤੁਹਾਨੂੰ ਦੇਵਾਂਗੇ। ਕਿੰਨਾ ਪੈਸਾ ਦਿੱਤਾ ਤੁਸੀਂ 2 ਸਾਲਾਂ 'ਚ? ਕਰ ਵਾਈਟ ਪੇਪਰ ਇਸ਼ੂ, ਉਸ ਤੋਂ ਪਹਿਲਾਂ 6 ਹਜ਼ਾਰ ਕਰੋੜ ਰੁਪਈਆ ਦੇਤਾ। ਇਹ ਗੱਲਾਂ ਹਵਾਈ ਕਰਨੀਆਂ ਹੈ,
ਇੱਕ ਵੀ ਵਾਅਦਾ ਪੂਰਾ ਨਾ ਕਰਨਾ, 1100 ਰੁਪਏ ਔਰਤਾਂ ਨੂੰ, 36,000 ਮਾਸਟਰ ਸਭ ਟੈਂਕੀਆਂ 'ਤੇ ਚੜ੍ਹੇ ਫਿਰਦੇ ਆ, ਪੰਜਾਬ ਧਰਨਿਆਂ ਦਾ ਸੂਬਾ ਬਣ ਗਿਆ, ਰੋਸ਼ ਆਕਰੋਸ਼ ਹਰ ਥਾਂ 'ਤੇ ਗਾਲਾਂ, ਇਹਦੇ ਘਰ 'ਚ ਨਹੀਂ ਵੜ ਸਕਦਾ ਮੁੱਖ ਮੰਤਰੀ, ਇਹ ਰੋਸ਼ ਆਕਰੋਸ਼ ਨਹੀਂ ਹੈ। ਪੰਜਾਬ ਮਰਨ ਨਹੀਂ ਦੇਣਾ, ਡਿੱਗਣ ਨਹੀਂ ਦੇਣਾ, ਗੁਰੂਆਂ ਦੀ ਇਹ ਧਰਤੀ, ਪੀਰਾਂ ਦੀ ਇਹ ਧਰਤੀ, ਇਹ ਦੁਬਾਰਾ ਖੜ੍ਹੀ ਕਰਨੀ ਹੈ। ਇਹ ਹੁਣ ਚੱਲਣਾ ਨਹੀਂ ਕਿ ਲੋਕਾਂ ਦੀਆਂ ਅੱਖਾਂ 'ਚ ਮਿੱਟੀ ਪਾਈ ਜਾਓ ਪਾਈ ਜਾਓ, ਰਲ ਮਿਲ ਕੇ 80-20 ਅਤੇ 75-25 ਨਾਲ ਪੰਜਾਬ ਨੂੰ ਖਾਈ ਜਾਓ ਖਾਈ ਜਾਓ ਖਾਈ ਜਾਓ, ਅਤੇ 100 ਮਣ ਦੁੱਧ ਦੇ ਵਿੱਚ ਖੱਟਾ ਪਾਈ ਜਾਓ ਪਾਈ ਜਾਓ ਪਾਈ ਜਾਓ, ਇਹ ਚੱਲਣਾ ਨਹੀਂ। ਪੰਜਾਬ ਦੇ ਨਵੀਂ ਪੀੜ੍ਹੀ ਜਿਹੜੀ ਬਾਹਰ ਜਾਈ ਜਾਂਦੀ ਹੈ, ਉਹਦਾ ਭਵਿੱਖ, ਇਲੈਕਸ਼ਨ ਅਸੀਂ ਉਹਦੇ ਲਈ ਲੜਦੇ ਹਾਂ, ਅਤੇ ਜੇ ਉਹਦੀ ਖਾਤਰ ਲੜਨਾ ਤਾਂ ਵੱਡੇ ਦੁਸ਼ਮਣ ਢਾਉਣੇ ਪੈਣਗੇ, ਭਾਵੇਂ ਉਹ ਪੰਜਾਬ ਦੇ ਵਿੱਚ ਇੰਨੇ ਤਕੜੇ ਨਹੀਂ ਨੇ, ਪਰ ਅਗਰ ਉਹ ਦੇਸ਼ ਦੇ ਵਿੱਚ ਤਕੜੇ ਨੇ, ਕਿਸੇ ਤਾਂ ਕਿਸੇ ਤਰੀਕੇ ਨਾਲ ਸਮਝੌਤਾ ਕਰਕੇ ਅੱਗੇ ਵਧਣਾ ਪਊਗਾ, ਇਕੱਠਿਆਂ ਹੋ ਕੇ ਲੜਨਾ ਪਊਗਾ। ਇਹ ਪੰਜੇ ਉਂਗਲਾਂ, ਕੋਈ ਲੰਬੀ ਕੋਈ ਛੋਟੀ ਕੋਈ ਮੋਟੀ ਕੋਈ ਪਤਲੀ, ਪਰ ਜਦੋਂ ਇਕੱਠੀਆਂ ਹੋ ਜਾਂਦੀਆਂ ਨਾ, ਘਸੁੰਨ ਬਣ ਕੇ 32 ਸੀ ਕੱਢ ਦਿੰਦੀਆਂ ਨੇ, ਇਕੱਠਾ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਮੈਂ ਤਾਂ ਵਰਕਰਾਂ ਦੇ ਕੋਲ ਜਦੋਂ ਜਾਂਦਾ, ਪੰਜਾਬ ਦੀ ਆਵਾਜ਼ ਚੁੱਕਦਾ, ਪੰਜਾਬ ਦੀ ਵਿੱਤੀ ਪਰਿਸਥਿਤੀ ਕਿੱਦਾਂ ਡਗਮਗਾ ਰਹੀ ਹੈ, ਪੰਜਾਬ ਦੇ ਲੋਕਾਂ ਨੂੰ ਕਿੱਦਾਂ ਬੇਵਕੂਫ ਬਣਾ ਕੇ ਉਹਨਾਂ 'ਤੇ ਟੈਕਸ ਲਾਏ ਜਾ ਰਹੇ ਆ, 70,000 ਕਰੋੜ ਰੁਪਈਆ ਇਹਨਾਂ ਤੋਂ ਡੀਜ਼ਲ ਪੈਟਰੋਲ ਇਹੋ ਜਿਹੀਆਂ ਚੀਜ਼ਾਂ 'ਤੇ ਟੈਕਸ ਲਿੱਤਾ ਜਾ ਰਿਹਾ, ਔਰ ਜਿਹੜਾ ਇਹਨਾਂ ਦਾ ਪੈਸਾ 60-70,000 ਕਰੋੜ ਰੁਪਇਆ ਜਿਹੜਾ ਸੈਂਟਰ ਦੀਆਂ ਸਕੀਮਾਂ 'ਚ ਡਬਲ ਹੁੰਦਾ, ਉਹ ਖਾਧਾ ਜਾ ਰਿਹਾ। ਕਾਂਗਰਸ ਸੀ ਹੈ ਅਤੇ ਰਹੂਗੀ, ਰੋਕ ਸਕੇ ਤਾਂ ਰੋਕ, ਤੇਰੀ ਹਿੱਕ 'ਤੇ ਚੜ੍ਹ ਕੇ ਬੋਲਾਂਗੇ, ਬੁਲਾ ਜਿੱਥੇ ਬੁਲਾਉਣਾ, ਅਤੇ ਕਹਿ ਤੂੰ ਮਾਫੀਆ ਦੀ ਚੋਰੀ ਨਹੀਂ ਕਰਦਾ ਮੇਰੇ ਮਿੱਤਰ ਪਿਆਰੇ ਛੋਟੇ ਭਾਈ, ਕਹਿ ਐ ਨਾ ਕਰ। ਤੁਹਾਡਾ ਤਾਂ ਉਹ ਹਾਲ ਹੋ ਗਿਆ ਦਿੱਲੀ ਵਾਲਿਆਂ ਦਾ, ਅਤੇ ਇੱਥੇ ਤੁਸੀਂ ਪੰਜਾਬ ਵਾਲੇ ਜਿਹੜੇ 50-60 ਇਕੱਠੇ ਹੋਏ ਹੋ, ਅੰਨਾ ਮਾਰੇ ਅੰਨੀ ਨੂੰ ਅਤੇ ਘਸੋਨੋ ਵਜੇ ਥੰਮੀ ਨੂੰ, ਹੈ ਅੰਨਾ ਗੁਰੂ ਬਹਿਰਾ ਚੇਲਾ ਦੋਨੋਂ ਨਰਕ 'ਚ ਠੇਲਮ ਠੇਲਾ। ਥੈਂਕ ਯੂ ਵੈਰੀ ਮੱਚ। ਪੰਜਾਬ ਅਤੇ ਦਿੱਲੀ 'ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ, ਏਕ ਥੀ ਕਾਂਗਰਸ। ਉਹ ਮਿੱਤਰ ਪਿਆਰੇ ਇੰਨਾ ਹੋਮਾ ਹੰਕਾਰ ਨਾ ਕਰ, ਹੋਮੇ ਹੰਕਾਰ ਵਾਲੇ ਇਸ ਧਰਤੀ 'ਤੇ ਰਹੇ ਨਹੀਂ। ਪੰਜਾਬ ਅਤੇ ਦਿੱਲੀ 'ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ, ਏਕ ਥੀ ਕਾਂਗਰਸ। ਤੈਂ ਵੀ ਨਹੀਂ ਰਹਿਣਾ, 300 ਵਾਰ ਸਵਾਲ ਕਰ ਲਏ ਇਹਨੂੰ ਭਗਵੰਤ ਨੂੰ, ਔਰ ਇਹ ਕਿਹਾ ਵੀ ਅਲੀ ਬਾਬਾ 40 ਚੋਰ ਦਾ ਉਹੀ ਸਿਸਟਮ ਜਿਹਨੂੰ ਤੂੰ ਬਦਲਣ ਆਇਆ ਸੀ, ਉਹਦੇ ਅੱਗੇ ਲੱਗ ਕੇ ਉਹਦੀ ਸਰਪ੍ਰਸਤੀ ਕਰ ਰਹੇ ਹਾਂ, ਜਵਾਬ ਦਿੰਦਾ। ਪੰਜਾਬ ਅਤੇ ਦਿੱਲੀ 'ਚ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ, ਏਕ ਥੀ ਕਾਂਗਰਸ।